ਸੋਹਣਦਾ ਜਸ਼ਨ ਮਨਾਓ ਸਾਰੇ ਸੋਹਣਾ ਦੁਨੀਆ ਤੇ ਆਇਆ ਸੋਹਣਦਾ ਜਸ਼ਨ ਮਨਾਓ ਸਾਰੇ ਸੋਹਣਾ ਦੁਨੀਆ ਤੇ ਆਇਆ ਦੁਨੀਆ ਤੇ ਆਇਆ ਦਰ ਦਰ ਮਿਲਾਦ ਕਰਾਓ ਸਾਰੇ ਸੋਹਣਾ ਦੁਨੀਆ ਤੇ ਆਇਆ ਦੁਨੀਆ ਤੇ ਆਇਆ ਹਰ ਬਾਬਾ ਜੀ ਤੁਹਾਡਾ ਜੋ ਕਹਿੰਦੇ ਅਗਲਾ ਸ਼ੇਰ ਨਬੀ ਦੇ ਮਿਲਾਦ ਫਕੀਰ ਦੇ ਲਗਾਏ ਜੁਮਲੇ ਸੁਣ ਕੇ ਦਰ ਵੀ ਜਾਇਆ ਰੇ ਅਗਲਾ ਸ਼ੇਰ ਸੁਣਿਆ ਰੇ ਕਸਮ ਖੁਦਾ ਦੀ ਸਕੂਨ ਹੁੰਦਾ ਹੈ ਜਿਬਰਾਇਲ ਨੇ ਕੀਤਾ ਐਲਾਨ ਆਇਆ ਨਬੀਆਂ ਦਾ ਸੁਲਤਾਨ ਜਿਸ ਨਬੀ ਦੇ ਮਿਲਾਦ ਵਿੱਚ ਆ ਕੇ ਬੈਠੇ ਆ ਕਿਸਮਤ ਵਾਲਾ ਜਿਹੜਾ ਨਬੀ ਦੀ ਮਹਿਫਲ ਵਿੱਚ ਆ ਜਾਏ ਬਾਬਾ ਜੀ ਅੱਜ ਮੈਂ ਗੱਲਾਂ ਇਸ਼ਕ ਦੀਆਂ ਸੁਣਾਣੀਆਂ ਤੇ ਗੱਲਾਂ ਵੀ ਚੌਧਰੀਆਂ ਦੀਆਂ ਨਹੀਂ ਫਕੀਰਾਂ ਦੀਆਂ ਸੁਣਾਣੀਆਂ ਕਿ ਹਜ਼ੂਰ ਦੀ ਨਜ਼ਰ ਗਰੀਬ ਤੇ ਪੈ ਜਾਏ ਤੇ ਗਰੀਬ ਗਰੀਬ ਨਹੀਂ ਰਹਿੰਦਾ ਵਮਾ ਅਰਸਲਨਾ ਕਾ ਇਲਾ ਰਹਿਮਤਲ ਲਿਲ ਆਲਮੀਨ ਇੱਕ ਮੌਲਵੀ ਮੈਨੂੰ ਆਖਣ ਲੱਗਾ ਮਿਲਾਦ ਕਿੱਥੇ ਲਿਖੀ ਹੈ ਆ ਬੱਚਿਆਂ ਨੂੰ ਚੁੱਪ ਕਰਾਓ ਜੀ ਆ ਬਰਾਮਦੇ 'ਚ ਜਿਹੜੇ ਬੱਚੇ ਬੈਠੇ ਨੇ ਮਿਲਾਦ ਕਿੱਥੇ ਲਿਖੀ ਹੈ ਇਹ ਹੁਣ ਕਬੂਲੀਅਤ ਦਾ ਵਕਤ ਹੈ ਪੀਰ ਸਾਹਿਬ ਤੇ ਸ਼ਰੀਫ ਫਰਮਾਨ ਨੇ ਅੱਧੀ ਰਾਤ ਗੁਜ਼ਰ ਗਈ ਹੈ ਅੱਧੀ ਰਾਤ ਪਿੱਛੇ ਵਿੱਚ ਇਸੇ ਰਾਤ ਦਾ ਤਰਜਮਾ ਮੀਆਂ ਮੁਹੰਮਦ ਬਖਸ਼ ਕੋਲ ਪੁੱਛੋ ਆਪ ਕੀ ਫਰਮਾਉਂਦੇ ਨੇ ਰਾਤ ਪਵੇ ਤੇ ਬੇਦਰਦਾਂ ਨੂੰ ਨੀਂਦ ਪਿਆਰੀ ਆਵੇ ਦਰਦਮੰਦਾਂ ਨੂੰ ਯਾਦ ਸਜਣ ਦੀ ਸੁੱਤਿਆਂ ਆਣ ਜਗਾ ਹੁਣ ਇਸ ਗੱਲ ਰਹਿ ਗਏ ਨੇ ਜਿਹਨਾਂ ਸੁਣਨਾ ਸੀ ਕੁਝ ਹਾਂ ਲੁੱਡੀਆਂ ਛੁੱਡੀਆਂ ਪਾਉਣ ਵਾਲੇ ਨਿਕਲ ਗਏ ਨੇ ਹੁਣ ਜਿਹਨਾਂ ਹਜ਼ੂਰ ਦੀ ਗੱਲ ਸੁਣਨੀ ਬਾਬਾ ਜੀ ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਜ਼ਿਆਦਾ ਦੁੱਖ ਪਤਾ ਕਦੋਂ ਹੁੰਦਾ ਜਦੋਂ ਬੰਦਾ ਨਬੀ ਪਾਕ ਦੀ ਮਹਿਫਲ ਵਿੱਚ ਬਹਿ ਕੇ ਨਾ ਤੇ ਸ਼ਰਾਰਤ ਕਰੇ ਮੈਂ ਅਲਲ ਐਲਾਨ ਹਰ ਜਗ੍ਹਾ ਤੇ ਕਿਬਲਾ ਮੈਂ ਕਹਿੰਦਾ ਵਾਂ ਜੇ ਸ਼ਰਾਰਤ ਕਰਨੀ ਜੇ ਤੇ ਉੱਠ ਕੇ ਟੁਰ ਜਾਓ ਘਰ ਇਹ ਜਗ੍ਹਾ ਸ਼ਰਾਰਤ ਦੀ ਨਹੀਂ ਇਹ ਜਗ੍ਹਾ ਦੰਦ ਕੱਢਣ ਦੀ ਨਹੀਂ ਇਹ ਜਗ੍ਹਾ ਤੇ ਤਰਲਾ ਪਾਉਣ ਦੀ ਬਾਬਾ ਕੋਈ ਤਮਾਸ਼ਾ ਤੇ ਨਹੀਂ ਨਾ ਇੱਥੇ ਲੱਗਾ ਹੋਇਆ ਯਾਰ ਹਜ਼ੂਰ ਨੂੰ ਬੁਲਾਉਣਾ ਸਾਂ ਹਜ਼ੂਰ ਨੂੰ ਹੋਕਾ ਮਾਰਨਾ ਹਜ਼ੂਰ ਦੇ ਇਸ਼ਕ ਵਿੱਚ ਬੈਠੇ ਹਾਂ ਹਜ਼ੂਰ ਦੀ ਪ੍ਰੀਤ ਵਿੱਚ ਬੈਠੇ ਹਾਂ ਜਿਹਨੂੰ ਮਸੀਤੇ ਆ ਕੇ ਵੀ ਸ਼ੈਤਾਨ ਜੀ ਦੀ ਜਾਨ ਨਾ ਛੱਡੇ ਉੱਠ ਕੇ ਵਜ਼ੂ ਕਰੇ ਤੇ ਫਿਰ ਆ ਕੇ ਬਹਿ ਜਾਏ ਤੇ ਜਾਂ ਘਰ ਚਲਾ ਜਾਏ ਉਹਨੂੰ ਪਤਾ ਨਹੀਂ ਮੈਂ ਉਸ ਨਬੀ ਦੀ ਪਾਕ ਬਾਰਗਾਹ ਵਿੱਚ ਬੈਠਾਂ ਜਿੱਥੇ ਜਬਰੀਲ ਵੀ ਹੱਥ ਬੰਨ ਕੇ ਖਲੋਤੇ ਜੇ ਬਹਿਣਾ ਤੇ ਅਦਬ ਨਾਲ ਜਿਹਨੇ ਨਹੀਂ ਬਹਿਣਾ ਕੋਈ ਮੈਂ ਕੋਈ ਨਾਰਾਜ਼ ਨਹੀਂ ਇੰਤਜ਼ਾਮੀਆ ਕੋਈ ਨਾਰਾਜ਼ ਨੂੰ ਸੋ ਜਾ ਜਾ ਅੱਜ ਅਸਾਂ ਇੱਥੋਂ ਕੁਝ ਲੈ ਕੇ ਜਾਣਾ ਪਿਛਲੇ ਸਾਲ ਦੀ ਵੀ ਕਸਰ ਕੱਢਣੀ ਹੈ ਤੇ ਇਸ ਤਰ੍ਹਾਂ ਅਸਾਂ ਸੋਹਣੇ ਨੇ ਇੰਝ ਆਵਾਜ਼ ਮਾਰਨੀ ਕਿ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਤੁਹਾਡੇ ਦਿਲ ਨਰਮ ਹੋ ਜਾਣਗੇ ਕਸਮ ਖੁਦਾ ਦੀ ਮੈਨੂੰ ਆਂਦਾ ਮਿਲਾਦ ਕਿੱਥੇ ਲਿਖੇ ਆ ਮੈਂ ਕਿਹਾ ਇੰਨੇ ਸਾਲ ਗੁਜ਼ਰ ਗਏ ਨੇ ਨਬੀ ਦਾ ਸਦਕਾ ਖਾ ਕੇ ਫਿਰ ਵੀ ਪੁੱਛਣਾ ਮਿਲਾਦ ਕਿੱਥੇ ਲਿਖੇ ਆ ਬਾਬਾ ਜੀ ਬੰਦਾ ਕਿਸੇ ਕੋਲੋਂ 10,000 ਕਰਜ਼ਾ ਲੈ ਲੈ ਨਾ ਤਾਂ ਉਹਦੇ ਸਾਹਮਣੇ ਨਜ਼ਰ ਨਹੀਂ ਚੁੱਕਦਾ ਪਿੰਡ ਵਾਲਿਓ ਗੱਲ ਤਵੱਜੋ ਨਾਲ ਸੁਣਿਆ ਜੇ ਆਨਲਾਈਨ ਰਿਕਾਰਡ ਕਰਾ ਰਿਹਾ ਹਰ ਗੱਲ ਦਾ ਜ਼ਿੰਮੇਦਾਰ ਹਾਂ ਬੰਦਾ ਕਿਸੇ ਕੋਲੋਂ 10,000 ਕਰਜ਼ਾ ਫੜ ਲੈ ਨਾ ਤਾਂ ਗਲੀ ਵਿੱਚ ਮਿਲ ਜੇ ਤਾਂ ਉਹਦੇ ਸਾਹਮਣੇ ਨਜ਼ਰ ਨਹੀਂ ਚੁੱਕਦਾ ਕਿਉਂਕਿ ਉਹਦਾ ਮਕਰੂਜ਼ ਹੁੰਦਾ ਉਹਨੇ ਕਰਜ਼ਾ ਦਿੱਤਾ ਹੁੰਦਾ ਅਤੇ ਮੈਂ ਕਿਹਾ ਮੌਲਵੀ ਜੀ ਸਾਡੀ ਤਾਂ ਸਾਰੀ ਜ਼ਿੰਦਗੀ ਮਕਰੂਜ਼ ਜ਼ਹਰਾ ਦੇ ਦਾਦੇ ਜ਼ਹਰਾ ਦੇ ਬਾਬੇ ਦੀ ਹਸਨੈਨ ਦੇ ਨਾਨੇ ਦੀ ਇੰਤਜ਼ਾਮੀਆਂ ਲਿਆ ਸਾਡੀ ਤਾਂ ਕਸਮ ਖੁਦਾ ਦੀ ਸਾਰੀ ਜ਼ਿੰਦਗੀ ਮਕਰੂਜ਼ ਹੈ ਅਤੇ ਤੂੰ ਅੱਜ ਦੋ ਕਿਤਾਬਾਂ ਪੜ੍ਹ ਕੇ ਆਖੇ ਹਜ਼ੂਰ ਦਾ ਜ਼ਿਕਰ ਕਿੱਥੇ ਲਿਖਿਆ ਹਜ਼ੂਰ ਦਾ ਮਿਲਾਦ ਕਿੱਥੇ ਲਿਖਿਆ ਅਸੀਂ ਮਿਲਾਦ ਵਿੱਚ ਬਾਬਾ ਜੀ ਕੋਈ ਬੁਰੇ ਕੰਮ ਤਾਂ ਨਹੀਂ ਨਾ ਕਰਦੇ ਅਸੀਂ ਮਿਲਾਦ ਵਿੱਚ ਰੋ ਰੋ ਕੇ ਸੋਹਣੇ ਨੂੰ ਆਵਾਜ਼ਾਂ ਪੇ ਦੇਣੇ ਆ ਰੋ ਰੋ ਕੇ ਮਾਹੀ ਨੂੰ ਬੁਲਾਉਣੇ ਆ ਬਾਬਾ ਜੀ ਜੁਮਲੇ ਸੁਣੇ ਆਂਦਾ ਮਿਲਾਦ ਕਿੱਥੇ ਲਿਖਿਆ ਮੈਂ ਕਿਹਾ ਜਬਰੀਲ ਨੂੰ ਪੁੱਛ ਜਿਹਨੇ ਐਲਾਨ ਕੀਤਾ ਬਾਬਾ ਜੀ ਬੜਾ ਵੱਡਾ ਸ਼ੇਰ ਜਿਬਰਾਇਲ ਨੇ ਕੀਤਾ ਐਲਾਨ ਤੁਹਾਨੂੰ ਪਤਾ ਮੈਂ ਨਹੀਂ ਕਹਿੰਦਾ ਬੰਦਿਆਂ ਨੂੰ ਕਹੋ ਸੁਭਾਨ ਮੇਰੀ ਆਦਤ ਹੀ ਨਹੀਂ ਮੈਨੂੰ ਕਿਸੇ ਸੈਯਦ ਨੇ ਆਖਿਆ ਸੀ ਤੂੰ ਗੱਲ ਹੀ ਇੰਜ ਦੀ ਕਰ ਬੰਦੇ ਆਪ ਹੀ ਬੇਬੋਲਣਗੇ ਬੰਦਾ ਵਾਰ ਵਾਰ ਉਹ ਆਖੋ ਸੁਭਾਨ ਅੱਲਾ ਖੋਸ ਉੱਠ ਕਿਉਂ ਆਖੀ ਬੰਦੇ ਦੇ ਅੰਦਰ ਇਸ਼ਕ ਹੋਵੇ ਤੇ ਬੰਦਾ ਤੜਪ ਜਾਂਦਾ ਬੰਦੇ ਦੇ ਗੱਲ 60 ਵਜੇ ਨਾ ਅੰਦਰ ਤੇ ਬੰਦਾ ਬਾਬਾ ਚੁੱਪ ਰਹਿ ਹੀ ਨਹੀਂ ਸਕਦਾ ਜੁਮਲੇ ਸੁਣਿਆ ਜਿਬਰਾਇਲ ਨੇ ਕੀਤਾ ਐਲਾਨ
ਹਾਏ ਹਾਏ ਮੈਨੂੰ ਬੜਾ ਸਕੂਨ ਹੁੰਦਾ ਜੀ। ਜਿਬਰਾਇਲ ਨੇ ਕੀਤਾ ਐਲਾਨ, ਕਿਸੇ ਮੌਲਵੀ ਨਹੀਂ, ਕਿਸੇ ਮੌਲਵੀ ਨਹੀਂ, ਜਿਬਰਾਇਲ ਨੇ ਕੀਤਾ ਐਲਾਨ, ਆਇਆ ਨਬੀਆਂ ਦਾ ਸੁਲਤਾਨ। ਮੈਨੂੰ ਨੀ ਪਤਾ ਇੰਤਜ਼ਾਮੀਆਂ ਕਿੱਥੇ ਬੈਠੀ ਹੈ। ਅਗਲਾ ਮਿਸਰਾ ਸੁਣ ਕੇ ਬੋਲਿਆ ਜੀ, ਅਗਲਾ ਮਿਸਰਾ ਅਰਸ਼ੀਓ ਜੰਡ ਲਗਾਓ ਸਾਰੇ ਸੋਨਾ ਦੁਨੀਆ ਤੇ ਆਇਆ, ਲਗਾਓ ਸਾਰੇ ਸੋਨਾ ਦੁਨੀਆ ਤੇ ਆਇਆ, ਦੁਨੀਆ ਤੇ ਆਇਆ ਅਰਸ਼ੀਓ ਜੰਡ ਲਗਾਓ ਸਾਰੇ ਸੋਨਾ ਦੁਨੀਆ ਤੇ ਆਇਆ। ਗੱਲ ਸੁਣਿਆ ਜੀ, ਵਮਾ ਅਰਸਲਨਾ ਕਾ ਇਲਾ ਸ਼ੁਰੂ ਜੇ, ਵਮਾ ਅਰਸਲਨਾ ਕਾ ਇਲਾ ਰਹਿਮਤ ਲਿਲ ਆਲਮੀਨ।